ਵਿੰਦਰ ਸਾਗ ਥੱਲੇ ਅੱਗ ਡਾ ਦੇ ਬੁਝ ਨਾ ਜਾਵੇ। ਮੰਮੀ ਮੇਰੇ ਕੋ ਨਹੀਂ ਸਾਗ ਦਾ ਪਵਾੜਾ ਹੁੰਦਾ, ਜੇ ਕਰਨਾ ਹੁੰਦਾ ਤੇ ਆਪ ਬਣਾਇਆ ਕਰੋ। ਮੈਂ ਤੁਹਾਨੂੰ ਪਹਿਲਾਂ ਹੀ ਆਖਿਆ ਮੇਰੇ ਕੋ ਇੰਨੀ ਖੇਚਲ ਨਹੀਂ ਹੁੰਦੀ ਸਾਗ ਦੀ। ਮੈਂ ਅੰਦਰ ਦੁੱਧ ਰੱਖਿਆ ਸੀ, ਮੈਂ ਉਬਲ ਨਾ ਜਾਵੇ। ਤੂੰ ਨਾ ਆਪਣੇ ਸੁਭਾਅ ਨੂੰ ਬਦਲੀ। ਆਪਣਾ ਕੰਮ ਕੰਮ ਲੱਗਦਾ, ਜਿਹੜਾ ਮੈਂ ਕੰਮ ਕਰਨ ਦੀ ਇਹ ਨਹੀਂ ਕੰਮ ਦੇਖਦਾ। ਉਹੀ ਆਦਤ ਪਈ ਇਹਨਾਂ ਨੂੰ ਬੋਲਣ ਦੀ। ਹੈਲੋ ਸਰਦਾਰ ਜੀ, ਸਤਿ ਸ਼੍ਰੀ ਅਕਾਲ। ਹਾਂ ਠੀਕ ਆ, ਹੋਰ ਸੁਣਾਓ, ਠੀਕ ਠਾਕ? ਬਸ ਕੁਛ ਵੀ ਨਹੀਂ, ਘਰ ਦੇ ਕੰਮ ਧੰਦੇ ਕਰਨ ਡਈ ਹਾਂ। ਹਾਂ ਰਾਜਵੀਰ ਵੀ ਬਸ ਡਿਆ ਵਾ, ਇੱਥੇ ਹੀ ਬਾਹਰ ਹੀ ਹੋਣਾ ਕਿਤੇ। ਹਾਂ, ਹੁਣੇ ਖਾ ਕੇ ਹਟੇ ਹਾਂ, ਕੰਮ ਧੰਦਾ ਕਰਕੇ ਹਟੀ ਹਾਂ, ਮਹਾ ਹੀ ਨਿਬੜਿਆ। ਹੋਰ ਹਾਂ, ਅਤੇ ਮੈਂ ਕਹਿਣ ਡਈ ਹਾਂ, ਮੈਂ ਪਿੰਡਾਂ ਨੂੰ ਜਾਂਦੀ, ਛੁੱਟੀਆਂ ਪਈਆਂ ਰਾਜਵੀਰ ਨੂੰ, ਪੇਕਿਆਂ ਨੂੰ ਜਾਣਾ ਮੈਂ ਵੀ। ਆਏ ਹਫ਼ਤਾ ਹੋਇਆ, ਚੰਗੇ ਨਹੀਂ ਲੱਗੀਦਾ, ਮਾਪੇ ਪੇਕੇ ਥੋੜ੍ਹੀ ਛੱਡੇ ਜਾਂਦੇ ਆ। ਜਾਣਾ ਵਾ ਸਾਡਾ ਵੀ ਜੀ ਕਰਦਾ, ਮੁੰਡਾ ਖਹਿੜੇ ਪਿਆ ਰਾਜਵੀਰ। ਅਤੇ ਕੁਛ ਨਹੀਂ ਹੋ ਗਿਆ, ਇਕੱਲੇ ਆ ਤੇ ਹੋਰ। ਉਹ ਕੁਛ ਨਹੀਂ ਹੋ ਗਿਆ, ਪਿੰਡ ਜਾਣਾ ਵਾ ਮੈਂ। ਹੋਰ ਅੱਛਾ, ਹੋਰ ਕੰਮ ਕਾਰ ਵਧੀਆ ਚੱਲਦਾ? ਚਲੋ ਵਧੀਆ, ਕਿਰਪਾ ਹੀ ਚਾਹੀਦੀ ਆ। ਮਾਤਾ ਵੀ ਬਾਹਰ ਹੋਣੇ ਆ। ਸਭ ਠੀਕ ਆ। ਚੱਲ ਫਿਰ ਮੈਨੂੰ ਦੱਸ ਦਿਓ, ਛੁੱਟੀਆਂ ਲੰਘ ਜਾਣੀਆਂ ਰਾਜਵੀਰ ਦੀਆਂ। ਹਾਂ ਫਿਰ ਮੈਂ ਤਿਆਰੀ ਵੀ ਕਰਨੀ ਆ। ਸਤਿ ਸ਼੍ਰੀ ਅਕਾਲ। ਜਦੋਂ ਜਾਣਾ ਹੁੰਦਾ ਪਿੰਡ, ਇਹਨਾਂ ਦੇ ਇਹੀ ਸਿਆਪੇ, ਮੇਰਾ ਮਾਂ ਪਿਓ ਇਕੱਲਾ, ਮਾਂ ਪਿਓ ਇਕੱਲਾ, ਮਾਂ ਪਿਓ ਇਕੱਲਾ ਤੇ ਕੀ ਕਰਾਂ, ਮੇਰੀ ਉੱਥੇ ਮਾਂ ਨਹੀਂ ਟੀਕਦੀ। ਇਹਨਾਂ ਦਾ ਮਾਂ ਪਿਓ ਇਕੱਲਾ, ਮਾਂ ਪਿਓ ਦੱਸ ਨਿਆਣੇ ਜਿਹੜੇ ਆ ਨਹੀਂ ਸਕਦੇ। 10 ਦਿਨ ਹੋਏ ਆਈ ਨੂੰ, 10 ਦਿਨ ਤੇ ਜਾਣਾ ਬਣਦਾ ਹੀ ਆ ਪੇਕੇ। ਇਹਨਾਂ ਨੇ ਰੱਟ ਪਈ ਆ, 10 ਦਿਨ ਤੁਰ ਪੈਂਦੀ ਪਿੰਡ। ਮੈਂ ਤੇ ਜਾਣਾ ਵਾ ਬਸ, ਮਾਂ ਪਿਓ ਇਕੱਲਾ ਰਵੇ, ਮਾਂ ਪਿਓ ਇਕੱਲਾ। ਹਾਂ ਇੱਦਾਂ ਕਰਦੀ ਆ, ਪਹਿਲਾਂ ਇਹਨਾਂ ਨੂੰ ਹੀ ਫੁੱਲੀਆਂ ਪਾਉਂਦੀ ਆ, ਜੇ ਇਹ ਮੰਨ ਗਏ ਤੇ ਉਹਨੇ ਕੀ ਕਹਿਣਾ। ਠੰਡ ਬੜੀ ਆ, ਚਾਹ ਬਣਾ ਕੇ ਦਿੰਦੀ ਇਹਨਾਂ ਨੂੰ, ਫਿਰ ਪੁੱਛਦੀ ਆ। ਡੈਡੀ ਜੀ ਨਾ ਲਿਆ? ਹਾਂਜੀ ਨਾ ਲਿਆ। ਹਲ ਮੰਮੀ ਚਾਹ। ਮੈਨੂੰ ਕੀ ਹੋ ਗਿਆ, ਚਾਹ ਵੀ ਬਣਾ ਕੇ ਲਿਆਈ ਆ ਤੇ ਅੱਗੇ ਸਾਗ ਨੂੰ ਆਖਿਆ ਸੀ ਤੇ ਉਦੋਂ ਹੋਰ ਤਰ੍ਹਾਂ ਦਾ ਮੂੰਹ ਬਣਾਇਆ ਇਹਨੇ। ਰਾਜਵੀਰ ਤੈਨੂੰ ਮੈਂ ਕਿਹਾ ਪੱਠੇ ਵਢਾ, ਮੇਰੇ ਨਾਲ ਤੂੰ ਪੱਠੇ ਵੱਢਣ ਨਹੀਂ ਗਿਆ, ਫੋਨ ਹੀ ਵੇਖੀ ਜਾਂਦਾ ਵਾ, ਇਹ ਅੱਖਾਂ ਤੇਰੀਆਂ ਖਰਾਬ ਹੋ ਜਾਣੀਆਂ ਵਾ। ਦਾਦਾ ਜੀ ਮੈਂ ਪੜ੍ਹਨ ਨਹੀਂ ਡਿਆ ਸੀ, ਹੁਣੇ ਜਿਹਾ ਡਿਆ ਵਾ। ਡੈਡੀ ਜੀ ਕਿਤੇ ਚੱਲੇ ਜੀ? ਮੈਂ ਸਹਿਰ ਪਾਸ ਚੱਲਿਆ। ਮੈਂ ਪਿੰਡ ਨੂੰ ਜਾਣਾ ਸੀ। ਪਿੰਡ ਨੂੰ ਹਫ਼ਤਾ ਹੋਇਆ ਤੈਨੂੰ ਆਈ ਨੂੰ, ਹੁਣ ਡੈਡੀ ਜੀ ਮੰਮੀ ਨਹੀਂ ਠੀਕ, ਫੋਨ ਮੰਮੀ ਆਇਆ ਨੇ, ਫਿਰ ਮੈਂ ਕਹਿ ਦਿੰਦਾ ਤੇਰੀ ਮੰਮੀ ਨੂੰ। ਠੀਕ ਹੈ, ਲਿਆਓ ਪਰਸ ਮੇਰਾ, ਕਿਹੜਾ ਉਹ ਲਿਆ ਵਾ। ਆ ਲਓ ਪਰਸ। ਦਵਿੰਦਰ ਕਹਿ ਲਈ ਸੀ ਪਿੰਡ ਨੂੰ ਜਾਣਾ ਵਾ। ਪਿੰਡ ਨੂੰ ਜਾਣਾ ਵਾ, ਹਲੇ ਤਾਂ ਹਫ਼ਤਾ ਹੋਇਆ ਆਈ ਨੂੰ ਉਹਨੂੰ। ਮੁੰਡਾ ਸਾਡਾ ਬਾਹਰ ਰਹਿੰਦਾ ਵਾ, ਇਹ ਕੋਈ ਗੱਲ ਨਹੀਂ, ਇਕਰਾਰ ਰਹਿ ਕੇ ਆਜੂਗੀ, ਜੇ ਉਹਦੀ ਮੰਮੀ ਨਹੀਂ ਠੀਕ ਤੇ ਜਾ ਲੈਂਦੇ, ਕੋਈ ਗੱਲ ਨਹੀਂ। ਹਲੇ ਤਾਂ ਹਫ਼ਤਾ ਹੋਇਆ ਆਈ ਨੂੰ, ਚਲੋ ਜਿੱਦਾਂ ਤੁਹਾਡੀ ਮਰਜ਼ੀ ਆ ਉਦਾਂ ਕਰ ਲਓ, ਕੋਈ ਗੱਲ ਨਹੀਂ ਗੀ।
अच्छा पेकियां दी तैयारियां होण डईयां। मैं भी आखा बिना मंगिया ही चाह लै आई आ। दविंदर पिंड नू जाना वा, डैडी तेरा कहण डिया है। हाँ जी मम्मी, मम्मी का फोन आया, ठीक नहीं मम्मी। ए पुत, मेरी गल का गुस्सा ना करी। हर हफ्ते पेके जाते चंगे नहीं लगी दा। हर महीने पिछों जाया कर, भाए साडी वालों दो रातां रह आया कर। मम्मी मम्मी का फोन आया, वो ठीक नहीं, मैं तां जाना। नाले राजवीर नू छुट्टियां पईयां वा, नाले सारियां कुड़ियां आईयां, मम्मी मिल लूंगी। चल जाया हुण, पर रोज रोज जाते चंगे नहीं लगी दा। चंगे नहीं लगी दा, चंगे नहीं लगी दा। हुण दही दिनी जांदी मैं बुरी लगदी, अपनी भावें तीए दिन तुरियां रहन इन्हां दियां, ओ ठीक आ। ਮੰਮੀ ਬਣ ਗਈ ਗੱਲ, ਲੱਗਦਾ ਬਣਾ ਲਿਆ ਵਾ ਵੇ। ਆਹੋ ਮਨਾ ਲਿਆ ਵਾ। ਐਰ ਕੀ ਕੀ ਬਹਾਨਾ ਲਾਇਆ ਈ ਵੇ? ਉਹੀ ਮੈਂ ਤੇਰੀ ਨਾਨੀ ਬਿਮਾਰ ਪਤਾ ਲੈਣ ਜਾਣਾ ਵਾ। ਮੰਮੀ ਹਰ ਵਾਰ ਨਾਨੀ ਦਾ ਬਹਾਨਾ ਲਾ ਕੇ ਨਾਨੀ ਨਾ ਰੇੜਦੀ। ਮੈਨੂੰ ਖਤਿਆ ਏਦਾਂ ਨਹੀਂ ਕਹੀਦਾ, ਨਾਨੀ ਆ ਤੇਰੀ। ਮੰਮੀ ਛੁੱਟੀਆਂ ਤੇ ਮੇਰੀਆਂ ਦੋ ਰਹਿ ਗਈਆਂ ਵਾ, ਤੇ ਕੱਪੜੇ ਇੰਨੇ ਪਾਲੇ ਆ। ਵੇ ਪੁੱਤ ਠੰਡ ਆ ਤਾਂ ਪਾਏ ਇੰਨੇ। ਅੱਛਾ बस का टाइम हो गया वा, फिर तुम लेट हो जाना बस ना। चले मम्मी चले, बस चल राज। चलो चलो ਲੈ ਹੁਣ ਇਹ ਆਉਣ ਡਿਆ ਕਿਤੇ ਮੇਰੇ ਨਾ ਕੈਂਸਲ ਹੋ ਜੇ। ਮੰਮੀ ਹੈਪੀ ਆ ਗਿਆ ਈ ਓ। ਮੰਮੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਿਦਾਂ ਰਾਜਵੀਰ? ਵਧੀਆ, ਠੀਕ ਠਾਕ ਆ। ਕਿੱਥੇ ਚੱਲੇ ਜੀ ਮੰਮੀ ਜੀ? ਮੈਂ ਰਾਜਵੀਰ ਦੀ ਨਾਨੀ ਨੂੰ ਮਿਲਣ ਚੱਲੀ, ਠੀਕ ਨਹੀਂ ਉਹ ਬਿਮਾਰ ਆ। ਅੱਛਾ, ਮੈਂ ਤੇ ਰਾਜਵੀਰ ਕਰਕੇ ਆਇਆ ਹਾਂ ਇੱਥੇ। ਤੇ ਪੁੱਤ ਰਾਜਵੀਰ ਨੇ ਤੇ ਜਾਣਾ ਜ਼ਰੂਰੀ ਆ। ਮੰਮੀ ਮੈਨੂੰ ਪਤਾ ਨਾਨੀ ਠੀਕ ਆ। ਵੀ ਹੌਲੀ ਬੋਲ, ਕਿਤੇ ਉਹਨਾਂ ਨੂੰ ਪਤਾ ਲੱਗ ਜੇ। ਗਾਂ ਨੂੰ ਤੂੰ ਤਿਆਰ ਹੋਈ ਮੇਰੇ ਨਾਲ? ਮੈਂ ਨਹੀਂ ਜਾਣਾ, ਤੂੰ ਆਦ ਲਿਆ ਬਾਂਦਰ, ਇਹਨੂੰ ਰਹਿਣ ਦੇ ਜਾਣ ਦੇ। ਗਾਂ ਤੋਂ ਨਹੀਂ ਖੜਦੀ ਇਹਨੂੰ, ਮੈਂ ਇਹ ਆਣ ਕੇ ਹੋਰ ਪਵਾੜਾ ਪਾਤਾ ਇਹਨੇ। ਆਹ ਵਾਲਾ ਫੋਨ। ਹੈਲੋ ਵੀ, ਸਤਿ ਸ਼੍ਰੀ ਅਕਾਲ। ਵਧੀਆ ਵਧੀਆ, ਚੜ੍ਹਦੀ ਕਲਾ, ਤੁਸੀਂ ਸੁਣਾਓ? ਇਹਦੇ ਨਹੀਂ ਘਰੇ ਹੀ ਆ? ਆਹੋ ਆਹੋ। ਅੱਛਾ ਆਉਣ ਡੇ ਜੇ? ਆ ਜਾਓ ਆ ਜਾਓ, ਕੋਈ ਨਹੀਂ ਮੈਨੂੰ ਫੋਨ ਕਰ ਦਿਓ, ਮੈਂ ਗਾੜੀ ਲੈ ਜੂੰਗਾ। ਹਾਂ ਹਾਂ, ਮਾਤਾ ਨਾਲ ਕਰਾਉਣਾ, ਰੁਕ ਜਾਓ। ਸਤਿ ਸ਼੍ਰੀ ਅਕਾਲ। ਅੱਛਾ ਆਉਣ ਡੇ ਹੀ ਆ? ਮੈਂ ਅੱਗੇ ਆਉਂਦੀ, ਉਹਨੇ ਤਾਂ ਕਦੀ 8 ਦਿਨ ਪੈਣ ਨਹੀਂ ਦਿੱਤੇ। ਚਲੋ ਆ ਜਾ। ਪੱਠੇ ਪਾ ਲਏ ਆ? ਹਾਂ ਪੱਠੇ ਪਾ ਲਏ ਮਾਤਾ। ਤੇ ਜਾਵੀ ਨਾ ਕਿਤੇ, ਕਿਉਂ? ਤੇਰੀ ਭੈਣ ਆਉਣ ਡਈ ਆ, ਉਹਨੂੰ ਲੈਣ ਜਾਣਾ ਈ। ਫਿਰ ਆਉਣ ਡਈ ਅੱਜ? ਤੇ ਫਿਰ ਕੀ ਆਉਣ ਡਈ ਆ? ਦੇ ਤੇਰੇ ਢਿੱਡ ਚ ਬਹੁਤ ਇਹੋ ਜਿਹੀਆਂ ਗੱਲਾਂ, ਮੇਰੇ ਨੌਵਾਂ ਚਵਾ ਚ ਦਿਲ ਚ ਵਾ। ਮਾਤਾ ਮੈਂ ਮਜ਼ਾਕ ਕਰਨ ਡਿਆ ਵਾ। ਮਜ਼ਾਕ ਕਰਨ ਡਿਆ ਤੂੰ? ਮੈਂ ਜਾਣਦੀ ਤੈਨੂੰ ਜਿੰਨਾ ਕੁ ਤੂੰ ਮਜ਼ਾਕ ਕਰਦਾ ਵਾ। ਉਹ ਮਾਤਾ ਮਜ਼ਾਕ ਕਰਨ ਡਿਆ ਵਾ। ਅੱਛਾ ਭੈਣ ਕਿਹੜੀ ਅੱਜ ਨਵੀਂ ਆਉਣ ਡਈ, ਰੋਜ਼ ਚਾਉਂਦੀ ਰਹਿੰਦੀ ਹਰ ਹੁੱਤੇ ਦੇ ਉੱਤੇ। ਚਲੋ ਠੀਕ ਆ, ਆਓ। ਇਹਨਾਂ ਨੂੰ ਹੁਣ ਹਫ਼ਤੇ ਦੇ ਭੇਜਦੇ ਹਨ, ਇਹਨਾਂ ਜਿੰਨਾ ਆਉਣਾ ਆਉਣਾ ਨੀ ਮੇਰੇ ਘਰ ਧੀਆਂ ਨੇ, ਜਿੰਨਾ ਚਿਰ ਮੈਂ ਜੀ ਨਹੀਂ ਹੋਣਾ ਇੱਥੇ ਆਉਣਗੀਆਂ, ਫਿਰ ਇਹਨਾਂ ਦੀ ਮਰਜ਼ੀ। ਆਹ ਪਾਏ ਬੈਠੇ? ਪੱਠੇ ਤਾਂ ਪਾ ਰਹੇ ਆ। ਉਹ ਮਾਤਾ ਕਹਿਣ ਡਈ ਦਵਿੰਦਰ ਆਉਣ ਡਈ ਆ। ਫੇਰ ਆਉਂਦੀ? ਆਹੋ ਤੇ ਆਉਣਾ ਹੀ ਆ। ਤੁਸੀਂ ਕੁਛ ਸਮਝਾਇਓ ਹੈ ਅਰਕਾਨ ਨੂੰ, ਨਾਲੇ ਆਣ ਕੇ ਜਿਹੜੇ ਤਰੀਕੇ ਨਾਲ ਰਹਿੰਦੀ ਆ, ਜੋ ਕੁਛ ਕਰਕੇ ਪੀ ਗਈ ਪਿਛਲੀ ਵਾਰੀ ਤੁਹਾਨੂੰ ਪਤਾ ਹੀ ਆ। ਫਿਰ ਅਸੀਂ ਕੋਈ ਗੱਲ ਕਰੀਏ ਤੇ ਬੀਜੀ ਗੁੱਸਾ ਕਰਦੇ ਆ। ਉਹ ਚੱਲ ਕੋਈ ਗੱਲ ਨਹੀਂ, ਉਹਨੇ ਫਿਰ ਗੁੱਸਾ ਕਰ ਲੈਣਾ ਸੀ ਮਾਤਾ ਨੇ, ਮਾਤਾ ਨੂੰ ਨਾ ਪਤਾ ਲੱਗੇ। ਕੋਈ ਗੱਲ ਨਹੀਂ, ਚੱਲ ਜੂਗੀ ਤੇ ਡੰਗ ਰਹਿ ਗਏ। ਉਹ ਗੱਲ ਨਹੀਂ ਗੀ,
पिछली यार भी ओदी सस कहिंदी ही ओ मुंह ते कुछ नहीं कहिंदे दोवें जी चंगे आ पर विचों इह गल्लों बहुत तंग आ कि हर हफ्ते पिंड एदां चंगे लगीदा वा मैं समझा दूंगा समझा दूंगा इन्हां निक्कियां निक्कियां गल्लां तों वी घर दे विच मुड़ के वड्डियां गल्लां हुंदियां वा तूं ना टेंशन लै माता गुस्सा करूगी तेरी गल दा मैं आपे गल कर लूंगा हौली आ चंगी गल वा हुण पता नहीं किन्ने दिन रहना हुण साडा वी आण के जीना हराम कर छड्डदी आ किदां कहा जावे जे अहीं कोई गल कहांगे ते फिर कहना खरे भाबियां चंगियां नहीं चाहुंदियां मम्मी बड़ी चुप करके बैठी है चाय बना ठंड लगन दी आ तेरे भुई आउण डे आ हुण डे फोन आया है मैनू ते तू मैनू दस्या ही नहीं दसना मम्मी की आ चौथे दिन भूआ तुरी रही आ ओही ते मैं सोचन डई आ कि जेडे तरीके नान के रेंदे आ हर वारी निक निकिया गल्लां तों खिजा खिजी लड़ाई झगड़े इदां चंगा नहीं लगदा रिश्ते खराब हुंदे आ ते जे अहीं अपने मुंहां कहीए ते बीजी गुस्सा करदे आ इस गल तों उहदे सहुरे वी परेशान वा कल नूं इन्हां निक निकिया गल्लां तों गल्लां वड्डियां हुंदियां वा पर अहीं इदां कुछ कहिंदे चंगे वी नहीं लगदे कहना मापिआं पेकिआं दे घर आई आ भरजाई नोका टोकी करदियां चल मम्मी कोई गल नहीं तूं चाह लिया मैं लिए कुट बना के हाँ चाह तो मैं बना लैनी आ ਮਮੀ ਆਈ ਆ ਚਾਚਾ ਠੀਕ ਠਾਕ ਹੋ ਠੀਕ ਆ ਤੁਸੀਂ ਠੀਕ ਠਾਕ ਰਾਜੀ ਹਾਂਜੀ ਰਾਜੀ ਮਮੀ ਇੰਨੀ ਠੰਡ ਆ ਤੂੰ ਬਾਹਰ ਬੈਠੀ ਆ ਪੁੱਤ ਜਿਹੜਾ ਮੈਂ ਤੇਰਾ ਸੁਣਿਆ ਮੈਂ ਤੇ ਗੇਟ ਵੱਲ ਵੇਖ ਮੇਰੇ ਅੱਖਾਂ ਵੀ ਭੱਜੀਆਂ ਅੱਛਾ ਮੈਂ ਧੀ ਆਉਣ ਡਈ ਆ ਅੱਛਾ ਅੱਛਾ ਚਾਹ ਹੁੰਦਾ ਹੀ ਆ ਹਾਂ ਚਾਹ ਤੇ ਹੁੰਦਾ ਹੀ ਆ ਹਾਂ ਹੋਰ ਹੋਰ ਠੀਕ ਆ ਤੁਸੀਂ ਸੁਣਾਓ ਮਮੀ ਠੀਕ ਆ ਪੁੱਤ ਅੱਛਾ ਜੀ ਤਾਂ ਹੋ ਗਿਆ ਠੰਡ ਬੜੀ ਆ ਚਾਹ ਬਣਾਵਾ बाहर आले नूं पुछना पैंदा वा फिर इन्हां दे अड फुलियां पाउणियां पैंदियां इन्हां नूं सस सहुरे नूं मुंडे ते इन्ना चाह ही अजे त्यार कल दा लीड़ा कपड़ा पाउण डई आ सब को तैयार किया जानू बूहे बाहर निकले तो ननान का मुंडा आ गया अह कहता मामी कित चले जे मैं ओरी नानी ठीक नहीं वह पता लैन चले हैं तो राजवीर का तेन पता ही उ चौड़ा हो गया न्याणे हो ही जाते होर तू ना सही गल कर सुन दिया ना हो सुन दया सुन लैन दे इन्हों ही पता लगे मैं कि परमिशन लै लै आनी इन्हों को निकी कि गई आ ਉਹਨੂੰ ਨਹੀਂ ਪਤਾ ਆਇਆ ਕੋਈ ਮਿਲਣਾ ਸੁਨਾਸ ਹੈਗੀ ਕਿ ਨਹੀਂ ਇਹਨੂੰ ਸਵਾ ਸੁਨਾਸ ਵਾ ਇਹਨਾਂ ਨੂੰ ਅੰਦਰ ਹੀ ਬੜੀ ਰਹਿੰਦੀ ਹੈ ਇਹਨਾਂ ਨੂੰ ਸੁਨਾਸ ਹੋਵੇ ਤਾਂ ਘਾਟੇ ਕਾਦੇ ਆ ਮੰਮੀ ਤੁਸੀਂ ਵੀ ਨਹੀਂ ਕੁਛ ਸੋਚਿਆ ਦੋਵੇਂ ਇੱਕੋ ਜਿਹੀਆਂ ਲੱਭ ਲੀਆਂ ਹੈਗੀ ਕਿਤੇ ਮਾਸਾ ਸੁਨਾਸ ਇਹਨਾਂ ਨੂੰ ਕਾਦੀ ਮੈਂ ਆਈ ਉਹਦਾ ਫਰਜ਼ ਹੈਗਾ ਮਿਲਣ ਦਾ ਅੰਦਰ ਤੇ ਨਿਕਲੀ ਮੁੰਡੇ ਮੇਰੇ ਇੰਨੇ ਚੰਗੇ ਹੀ ਨੇ ਇਹਨਾਂ ਦੋਵਾਂ ਨੇ ਇੰਨੇ ਮਗਰ ਲਾਏ ਆ ਮੈਂ ਤੇ ਸੜੀ ਪਈ ਆ ਉਹ ਵੀ ਮਗਰ ਲੱਗ ਗਏ ਆ ਅੱਗੇ ਬੜੇ ਮੇਰੇ ਨਾਲ ਕਰਦੇ ਹੁੰਦੇ ਗੁੱਸੇ ਨਾ ਜਿਹੜੀ ਗੱਲ ਆ ਨਹੀਂ ਚੱਲ ਮਾਤਾ ਤੂੰ ਜੋਪੀ ਰਿਹਾ ਕਰ ਤੂੰ ਨਾ ਬਹੁਤਾ ਬੋਲਿਆ ਕਰ ਚੁੱਪ ਰਿਹਾ ਕਰ ਕੋਈ ਚਾਹ ਪੀਓ ਰਾਜਵੀਰ ਠੀਕ ਹੀ ਠੀਕ ਆ ਭਾਈ ਦਾ ਹੁੰਦਾ ਫੋਨ ਆਹੋ ਆ ਜਾਂਦਾ ਲਾਚੀ ਨਹੀਂ ਪਾਈ ਚਾਹ ਚ ਨਹੀਂ ਦੀਦੀ ਲਾਚੀਆਂ ਤੇ ਪਾਈਆਂ ਚਾਹ ਚ ਅੱਛਾ ਮੈਨੂੰ ਸਦਾਨ ਬਣਾਉਣੀ ਆ ਸਵਾਦ ਤੇ ਮਾਸਾ ਆਇਆ ਨਹੀਂ राजवीर नूं लैके आई राजवीर नाल दा मुंडा आया फिर ओनू वेख के रोक गया ठीक है हाँ जी।